ਕਿਸਾਨ ਕਲਕਸਨਾਂ ਵੀਰੋ ਸਵਾਗਤ ਹੈ TMBNFO YouTube ਚੈਨਲ ਤੇ Facebook ਪੇਜ ਤੇ ਕਿਸਾਨ ਭਰਾਵਾਂ ਦੇ ਲਈ ਖੁਸ਼ਖਬਰੀ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਸਾਰੇ ਹੀ ਖੇਤੀ ਦੇ ਸੰਦਾਂ ਦੇ ਉੱਪਰ ਜਿਹੜੀ ਸਬਸਿਡੀ ਦੀ ਸਕੀਮ ਆ ਗਈ ਹੈ ਜਿਸ ਦੇ ਵਿੱਚ ਕਿ ਟਰੈਕਟਰ, ਟਰਾਲੀ, ਕੰਪਿਊਟਰ, ਕਰਾ ਤੂੜੀ ਬਣਾਉਣ ਵਾਲੀ ਮਸ਼ੀਨ ਤੇ ਇਸ ਤੋਂ ਇਲਾਵਾ ਹੋਰ ਵੀ ਜਿਹੜੇ ਬਹੁਤ ਸਾਰੇ ਸੰਦਾਂ ਦੇ ਉੱਪਰ 40 ਤੋਂ ਲੈ ਕੇ 80% ਤੱਕ ਸਬਸਿਡੀ ਦਿੱਤੀ ਜਾ ਰਹੀ ਹੈ ਤੋ ਕਿਵੇਂ ਆਪਾਂ ਇਸ ਸਕੀਮ ਦੇ ਲਈ ਅਪਲਾਈ ਕਰ ਸਕਦੇ ਆਂ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਹੋਰ ਵੀ ਜਾਣਕਾਰੀ ਵਾਲੀਆਂ ਵੀਡੀਓ ਮਿਲਦੀਆਂ ਰਹਿਣ ਸਰਕਾਰ ਦੇ ਵੱਲੋਂ ਸਮਾਹਮ ਸਕੀਮ ਦੇ ਅਧੀਨ ਸੀਐਚਸੀ ਭਾਵ ਕਿ ਕਸਟਮ ਹਾਇਰਿੰਗ ਸੈਂਟਰ ਦੇ ਲਈ ਸਬਸਿਡੀ ਦਿੱਤੀ ਜਾ ਰਹੀ ਹੈ ਕਸਟਮ ਹਾਇਰਿੰਗ ਸੈਂਟਰ ਦਾ ਮਤਲਬ ਹੈ ਕਿ ਤੁਸੀਂ ਆਪਣੇ ਏਰੀਆ ਦੀ ਜ਼ਰੂਰਤ ਮੁਤਾਬਕ ਸਬਸਿਡੀ ਦੇ ਉੱਪਰ ਜ਼ੰਦ ਖਰੀਦ ਕੇ ਬਾਕੀ ਕਿਸਾਨਾਂ ਨੂੰ ਕਿਰਾਏ ਤੇ ਜਿਹੜਾ ਜ਼ੰਦ ਦੇਣ ਦਾ ਕੰਮ ਕਰ ਸਕਦੇ ਹੋ ਤੇ ਇਸ ਦੇ ਲਈ ਸਰਕਾਰ ਦੇ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਹੁਣ ਗੱਲ ਕਰੀਏ ਡਾਕੂਮੈਂਟ ਦੀ ਤਾਂ ਇਹਦੇ ਲਈ ਤੁਹਾਡਾ ਜਿਹੜਾ ਜੇ ਫਾਰਮ ਹੈ ਉਹ ਆਨਲਾਈਨ ਹੋਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਤੁਹਾਡੇ ਨਾਲ ਜ਼ਮੀਨ ਵੀ ਹੋਣੀ ਚਾਹੀਦੀ ਹੈ ਸੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਆਪਾਂ ਇਸ ਸਕੀਮ ਦੇ ਲਈ ਅਪਲਾਈ ਕਿਵੇਂ ਕਰਨਾ ਹੈ ਇਸ ਸਕੀਮ ਦੇ ਲਈ ਅਪਲਾਈ ਕਰਨ ਵਾਸਤੇ ਉੱਪਰ ਜੋ ਲੌਗਇਨ ਦਾ ਆਪਸ਼ਨ ਦਿਖਾਈ ਦੇ ਰਿਹਾ ਹੈ ਤਾਂ ਇਸ ਲੌਗਇਨ ਦੇ ਆਪਸ਼ਨ ਦੇ ਉੱਪਰ ਆਪਾਂ ਕਲਿੱਕ ਕਰਾਂਗੇ ਤਾਂ ਇਸ ਤੋਂ ਬਾਅਦ ਸਾਡੇ ਸਾਹਮਣੇ ਜਿਹੜਾ ਇਹ ਨਵਾਂ ਪੇਜ ਓਪਨ ਹੋਵੇਗਾ ਤਾਂ ਇੱਥੇ ਉੱਪਰ ਜੋ ਯੂਜ਼ਰ ਨੇਮ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹਦੇ ਵਿੱਚ ਆਪਾਂ ਆਪਣਾ ਜੋ ਮੋਬਾਈਲ ਨੰਬਰ ਹੈ ਰਜਿਸਟਰਡ ਮੋਬਾਈਲ ਨੰਬਰ ਉਹ ਭਰਨਾ ਹੈ ਉਸ ਤੋਂ ਹੇਠਾਂ ਜੋ ਪਾਸਵਰਡ ਹੈ ਉਹ ਭਰਨਾ ਤੇ ਉਸ ਤੋਂ ਹੇਠਾਂ ਜੋ ਕੈਪਚਾ ਦਿਖਾਈ ਦੇ ਰਿਹਾ ਹੈ ਇਹ ਆਪਾਂ ਇਥੇ ਇੰਟਰ ਕੈਪਚਾ ਦੇ ਵਿੱਚ ਭਰ ਦੇਣਾ। ਅਗਰ ਤੁਹਾਡੇ ਪਾਸਵਰਡ ਯਾਦ ਨਹੀਂ ਹੈਗਾ ਤਾਂ ਇੱਥਾਂ ਜੋ ਇੱਕ ਆਪਸ਼ਨ ਦਿਖਾਈ ਦੇ ਰਿਹਾ ਫੋਰਗੇਟ ਪਾਸਵਰਡ ਦਾ ਤਾਂ ਤੁਸੀਂ ਇਸ ਆਪਸ਼ਨ ਦੇ ਉੱਪਰ ਕਲਿੱਕ ਕਰਕੇ ਆਪਣਾ ਜਿਹੜਾ ਨਵਾਂ ਪਾਸਵਰਡ ਉਹ ਜਨਰੇਟ ਕਰ ਸਕਦੇ ਹੋ। ਤਾਂ ਇਹਦੇ ਲਈ ਤੁਸੀਂ ਜਿਹੜਾ ਪਹਿਲਾਂ ਫੋਰਗੇਟ ਪਾਸਵਰਡ ਦੇ ਉੱਪਰ ਕਲਿੱਕ ਕਰਨਾ ਹੈ। ਇਸ ਤੋਂ ਬਾਅਦ ਆਪਣੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋਵੇਗਾ ਇੱਥੇ ਆਪਾਂ ਆਪਣਾ ਜਿਹੜਾ ਰਜਿਸਟਰਡ ਮੋਬਾਈਲ ਨੰਬਰ ਭਰ ਦੇਣਾ ਹੈ 8 ਟਾਂ ਜੋ ਕੈਪਚਾ ਦਿੱਤਾ ਹੋਇਆ ਉਹ 8 ਟਾਂ ਬਾਕਸ ਦੇ ਵਿੱਚ ਭਰ ਕੇ ਸੈਂਡ ਓਟੀਪੀ ਤੇ ਕਲਿੱਕ ਕਰ ਦੇਣਾ ਇਸ ਤੋਂ ਬਾਅਦ ਆਪਣੇ ਫੋਨ ਨੰਬਰ ਦੇ ਉੱਪਰ ਇੱਕ ਓਟੀਪੀ ਆਵੇਗਾ ਉਹ ਭਰ ਕੇ ਆਪਾਂ ਆਪਣਾ ਜਿਹੜਾ ਨਵਾਂ ਪਾਸਵਰਡ ਜਨਰੇਟ ਕਰਕੇ ਦੁਬਾਰਾ ਤੋਂ ਜਿਹੜਾ ਲੌਗ ਇਨ ਕਰ ਸਕਦੇ ਹਾਂ ਤੇ ਇਸ ਤਰ੍ਹਾਂ ਆਪਣੀ ਜਿਹੜੀ ਆਈਡੀ ਆ ਉਹ ਖੁੱਲ ਜਾਨੀ ਹੈ ਤਾਂ ਇੱਥੇ ਆਪਾਂ ਜਿਹੜੀ ਆਪਣੀ ਸਾਰੀ ਡਿਟੇਲ ਆ ਉਹ ਚੈੱਕ ਕਰ ਸਕਦੇ ਆ ਬੈਂਕ ਖਾਤਾ ਨੰਬਰ ਬਲਾਕ ਵਗੈਰਾ ਹੋਰ ਸਾਰੀ ਡਿਟੇਲ ਆਪਾਂ ਆਪਣੀ ਜਿਹੜੀ ਉਹ ਚੰਗੀ ਤਰ੍ਹਾਂ ਚੈੱਕ ਕਰ ਲੈਣੀ ਹੈ ਅਗਰ ਤੁਸੀਂ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਬਦਲਾਅ ਕਰਨਾ ਚਾਹੁੰਦੇ ਹੋ ਜਾਂ ਕੋਈ ਆਪਣੀ ਜਿਹੜੀ ਨਵੀਂ ਫਸਲ ਦਰਜ ਕਰਨੀ ਚਾਹੁੰਦੇ ਹੋ ਤਾਂ ਐਡਿਟ ਡਿਟੇਲ ਤੇ ਕਲਿੱਕ ਕਰਕੇ ਤੁਸੀਂ ਜਿਹੜਾ ਇਸ ਦੇ ਵਿੱਚ ਕੋਈ ਵੀ ਸੋਧ ਹੈ ਜਿਹੜੀ ਉਹ ਕਰ ਸਕਦੇ ਹੋ ਹੁਣ ਉੱਪਰ ਸੱਜੇ ਪਾਸੇ ਇਹੋ ਤਿੰਨ ਲਾਈਨਾਂ ਦਿਖਾਈ ਦੇ ਰਹੀਆਂ ਇਹਦੇ ਤੇ ਕਲਿੱਕ ਕਰ ਦੇਣਾ ਤੇ ਇਸ ਤੋਂ ਬਾਅਦ ਆਪਾਂ ਹੇਠਾਂ ਆ ਜਾਣਾ ਹੇਠਾਂ ਜੋ ਆਪਸ਼ਨ ਦਿਖਾਈ ਦੇ ਰਿਹਾ ਅਪਲਾਈ ਫਾਰ ਸਮਮ ਇਸ ਆਪਸ਼ਨ ਦੇ ਉੱਪਰ ਆਪਾਂ ਕਲਿੱਕ ਕਰ ਲੈਣਾ ਤਾਂ ਇੱਥੇ ਆਪਣੇ ਸਾਹਮਣੇ ਦੋ ਆਪਸ਼ਨ ਆ ਚੁੱਕੇ ਆ ਸਿਲੈਕਟ ਗਰੁੱਪ ਤੇ ਸਿਲੈਕਟ ਇਨਵੈਸਟਮੈਂਟ ਤੋਂ ਪਹਿਲਾਂ ਆਪਾਂ ਗਰੁੱਪ ਸਿਲੈਕਟ ਕਰਾਂਗੇ ਤਿਹ ਦੇ ਲਈ ਆਪਾਂ ਇਹਨੂੰ ਸਿਲੈਕਟ ਗਰੁੱਪ ਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਥੇ ਦੋ ਜਿਹੜੇ ਆਪਸ਼ਨ ਆਉਣਗੇ ਇਨ ਵਿਜ਼ੂਅਲ ਫਾਰਮਰ ਤੇ ਸੀਐਚਸੀ ਤਾਂ ਆਪਾਂ ਸੀਐਚਸੀ ਦੇ ਤਹਿਤ ਅਪਲਾਈ ਕਰਾਂਗੇ ਤੇ ਇਸ ਤੋਂ ਬਾਅਦ ਆਪਾਂ ਇਨਵੈਸਟਮੈਂਟ ਸਿਲੈਕਟ ਕਰਨੀ ਹੈ ਕਿ ਆਪਾਂ ਕਿੰਨੀ ਇਨਵੈਸਟਮੈਂਟ ਜਿਹੜੀ ਕਰਨੀ ਹੈ ਤਾਂ ਇਹਦੇ ਲਈ ਆਪਾਂ ਇਹਦੇ ਉੱਪਰ ਕਲਿੱਕ ਕਰਾਂਗੇ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ 10 ਲੱਖ 25 ਲੱਖ 40 ਲੱਖ 60 ਲੱਖ ਤੋਂ ਲੈ ਕੇ ਜਿਹੜਾ 1 ਕਰੋੜ ਤੱਕ ਦੇ ਸੰਦ ਆਪਾਂ ਇਸ ਸਕੀਮ ਦੇ ਤਹਿਤ ਖਰੀਦ ਸਕਦੇ ਹਾਂ ਤਾਪੇ ਤੇ ਉਹ 10 ਲੱਖ ਦੀ ਇਨਵੈਸਟਮੈਂਟ ਕਰਾਂਗੇ 10 ਲੱਖ ਵਾਲਾ ਜਿਹੜਾ CHC ਸੈਂਟਰ ਆਪਾਂ ਖੋਲਣਾ ਚਾਹੁੰਦੇ ਆ ਤਾਂ ਉਹਦੇ ਲਈ ਆਪਾਂ ਇਹ ਸਿਲੈਕਟ ਕਰ ਲੈਣਾ ਇਸ ਤੋਂ ਅੱਗੇ ਆਪਾਂ ਆਪਣੀ ਜ਼ਮੀਨ ਦੀ ਫਰਦ ਹੈ ਜਿਹੜੀ ਇੱਥੇ ਅਪਲੋਡ ਕਰਨੀ ਹੈ ਜਮੀਨ ਦੀ ਜਮ੍ਹਾਂ ਬੰਦੀ ਜੋ ਆਪਾਂ ਪੀ ਐਲ ਆਰ ਐਸ ਵੈਬਸਾਈਟ ਤੋਂ ਆਨਲਾਈਨ ਵੀ ਜਿਹੜੀ ਡਾਊਨਲੋਡ ਕਰ ਸਕਦੇ ਆ ਤਾਂ ਉਹ ਫਰਦ ਆਪਾਂ ਇੱਥੇ ਅਪਲੋਡ ਕਰ ਦੇਣੀ ਹੈ ਤਾਂ ਇਹ ਆਪਣੀ ਜਿਹੜੀ ਫਰਦ ਹੈ ਉਹ ਸਕਸੈਸਫੁਲੀ ਅਪਲੋਡ ਹੋ ਚੁੱਕੀ ਹੈ ਤਾਂ ਹੁਣ ਫਿਰ ਤੋਂ ਆਪਾਂ ਜਿਹੜਾ ਅਪਲੋਡ ਦੇ ਆਪਸ਼ਨ ਦੇ ਉੱਪਰ ਕਲਿੱਕ ਕਰਾਂਗੇ ਤਾਂ ਇਸ ਤੋਂ ਬਾਅਦ ਆਪਣੇ ਸਾਹਮਣੇ ਜਿਹੜੇ ਸਾਰੇ ਸੰਦਾਂ ਦੀ ਲਿਸਟ ਹੈ ਉਹ ਖੁੱਲ ਕੇ ਸਾਹਮਣੇ ਆ ਚੁੱਕੀ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਜੋ ਲੇਜ਼ਰ ਲੈਵਲਰ ਆ ਤਾਂ ਇੱਥੇ ਵੱਖ-ਵੱਖਰੇ ਸਾਈਟ ਦੇ ਜਿਹੜੇ ਕੰਪਿਊਟਰ ਰਾਹੀਂ ਤੁਹਾਨੂੰ ਸ਼ੋ ਹੋ ਰਹੇ ਆ ਤਾਂ ਤੁਸੀਂ ਆਪਣੀ ਜ਼ਰੂਰ ਦੇ ਹਿਸਾਬ ਨਾਲ ਇਹ ਸਿਲੈਕਸ਼ਨ ਇਹਨਾਂ ਦੀ ਕਰ ਸਕਦੇ ਹੋ ਉਸ ਤੋਂ ਬਾਅਦ ਪੈਡੀ ਟ੍ਰਾਂਸਪਲੈਂਟਰ ਝੋਨਾ ਲਾਉਣ ਵਾਲੀ ਮਸ਼ੀਨ ਨਿਊਮਿਕ ਪਲੈਂਟਰ ਪੋਟੈਟੋ ਡਿਗਰ ਤਾਂ ਇਹ ਤੁਸੀਂ ਦੇਖ ਸਕਦੇ ਹੋ ਵੱਖ-ਵੱਖਰੀਆਂ ਮਸ਼ੀਨਾਂ ਇੱਥੇ ਜਿਹੜੀਆਂ ਉਹ ਸ਼ੋ ਹੋ ਰਹੀਆਂ ਇਸ ਤੋਂ ਅੱਗੇ ਆ ਗਈ ਪਾਵਰ ਹੈਰੋ ਪਾਵਰ ਵੀਡਰ ਪੀਟੀਓ ਆਪਰੇਟਿਡ ਵੀਡਰ ਰੇਕ ਰੋਟੋ ਕલ્ਟੀਵੇਟਰ ਸੀਡ ਕੰਮ ਫਰਟੀਲਾਈਜ਼ਰ ਤਾਂ ਇਹ ਤੁਸੀਂ ਦੇਖ ਸਕਦੇ ਹੋ ਖੇਤੀ ਦੇ ਵਿੱਚ ਵਰਤੇ ਜਾਣ ਵਾਲੇ ਸਾਰੇ ਹੀ ਸੰਦਾਂ ਦੇ ਉੱਪਰ ਇੱਥੇ ਜਿਹੜੀ ਸਬਸਿਡੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਮੈਜ਼ੀ ਥਰੇਸਰ ਆ ਗਿਆ ਪਲਾਂਟਰ ਆ ਗਿਆ ਨਿਊ ਮੈਕ ਪਲੈਂਟਰ ਆ ਗਿਆ ਸਬਜ਼ੀਆਂ ਦੇ ਵਾਸਤੇ ਸਬ ਸਵਾਈਲਰ ਸਿੰਗਲ ਹਲ ਜਿਹਨੂੰ ਕਿ ਆਪਾਂ ਤਹਿ ਤੋੜ ਹਲ ਵੀ ਕਹਿ ਦਿੰਦੇ ਆ ਇਹਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਇਸ ਤੋਂ ਇਲਾਵਾ ਕਦੂ ਕਰਨ ਵਾਲਾ ਰੋਟਰੀ ਪੱਡਲਰ ਆ ਗਿਆ ਡੀਐਸਆਰ ਡ੍ਰਿਲ ਆ ਗਈ ਪੀਟੀਓ ኦਪਰੇਟਿਡ ਫਰਟੀਲਾਈਜ਼ਰ ਬ੍ਰੌਡਕਾਸਟਰ ਜਿਹੜਾ ਕਿ ਖਾਦ ਖਿਲਾਰਨ ਵਾਲੀ ਕੀਪ ਹੈ ਇਸਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਇਸ ਤੋਂ ਅੱਗੇ ਬੈਡ ਪਲੈਂਟਰ ਆ ਗਿਆ ਸਿੰਗਲ ਰੋ ਜਿਹੜੀ ਮੱਕੀ ਦੀ ਕਟਾਈ ਕਰਨ ਵਾਲੀ ਮਸ਼ੀਨ ਹੈ ਇਸ ਦੇ ਉੱਪਰ ਵੀ ਸਬਸਿਡੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਆ ਲੱਕੀ ਸੀਡ ਡ੍ਰਿਲ ਆ ਗਈ ਟਰੈਕਟਰ ਆਪਰੇਟਿਡ ਜਿਹੜੇ ਸਪਰੇਅ ਪੰਪ ਆ ਗਏ ਏਆਰ ਅਸਿਸਟਡ ਟਾਈਪ ਬੂਮ ਸਪਰੇਅਰ ਤਵੱਖ ਬਕਰੀ ਤਰ੍ਹਾਂ ਦੇ ਸਪਰੇਅ ਪੰਪਾਂ ਦੇ ਉੱਪਰ ਸਬਸਿਡੀ ਮਿਲ ਰਹੀ ਹੈ ਤਾਂ ਇਸ ਤੋਂ ਅੱਗੇ ਵੀ ਤੁਸੀਂ ਜਿਹੜੇ ਸੰਦਾਂ ਦੀ ਲਿਸਟ ਦੇਖ ਸਕਦੇ ਹੋ ਬਹੁਤ ਤਰ੍ਹਾਂ ਦੇ ਸੰਦਾਂ ਦੇ ਉੱਪਰ ਜਿਹੜੀ ਸਰਕਾਰ ਦੇ ਵੱਲੋਂ ਸਬਸਿਡੀ ਆ ਉਹ ਦਿੱਤੀ ਜਾ ਰਹੀ ਆ ਤਾਂ ਇਹ ਤੁਸੀਂ ਲਿਸਟ ਆ ਜਿਹੜੀ ਉਹ ਦੇਖ ਸਕਦੇ ਹੋ ਫੇਸ ਤੋਂ ਅੱਗੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਟਰਾਲੀ ਦੀ ਲਿਸਟ ਆ ਚੁੱਕੀ ਹੈ 3 ਟਨ ਦੀ ਕੈਪੈਸਿਟੀ ਤੋਂ ਲੈ ਕੇ ਤੁਸੀਂ 5 ਟਨ ਦੀ ਕੈਪੈਸਿਟੀ ਤੱਕ ਜਿਹੜੀ ਟਰਾਲੀ ਹੈ ਉਹ ਸਬਸਿਡੀ ਦੇ ਉੱਪਰ ਲੈ ਸਕਦੇ ਹੋ ਇਸ ਤੋਂ ਅੱਗੇ ਆ ਗਿਆ ਜੀ 2 ਵੀਲ ਟਰੈਕਟਰ 8 ਐਚਪੀ ਤੋਂ ਲੈ ਕੇ 70 ਐਚਪੀ ਤੱਕ ਜਿਹੜਾ 2 ਵੀਲਰ ਟਰੈਕਟਰ ਹੈ ਤੁਸੀਂ ਉਹ ਸਬਸਿਡੀ ਤੇ ਲੈ ਸਕਦੇ ਹੋ ਇਸ ਤੋਂ ਅੱਗੇ ਜਿਹੜਾ 4 ਵੀਲ ਟਰੈਕਟਰ ਦੇ ਉੱਪਰ ਵੀ ਤੁਸੀਂ ਸਬਸਿਡੀ ਲੈ ਸਕਦੇ ਹੋ 8 ਐਚਪੀ ਤੋਂ ਲੈ ਕੇ 17 HP ਤੱਕ ਜਿਹੜਾ 4 ਵੀਲ ਟਰੈਕਟਰ ਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਤਾਂ ਇਸ ਤੋਂ ਅੱਗੇ ਵੀ ਤੁਸੀਂ ਇਹ ਦੇਖ ਸਕਦੇ ਹੋ ਕਾਫੀ ਲੰਬੀ ਲਿਸਟ ਹੈ ਜੋ ਸੰਧਾਂ ਦੀ ਤਾਂ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਜਿਹੜੀ ਸੰਧਾਂ ਦੀ ਸਿਲੈਕਸ਼ਨ ਕਰ ਲੈਣੀ ਹੈ ਤਾਂ ਉਸ ਤੋਂ ਬਾਅਦ ਤੁਸੀਂ ਇੱਥਾਂ ਆ ਜਾਣਾ ਤੇ ਇੱਥੇ ਤੁਹਾਨੂੰ ਜਿਹੜਾ ਆਪਸ਼ਨ ਦਿਖਾਈ ਦੇ ਰਿਹਾ ਹੈ ਮਸ਼ੀਨ ਅਵੇਦਨ ਕਰਨ ਦੇ ਲਈ ਕਲਿੱਕ ਕਰੋ ਤੇ ਇਸ ਦੇ ਉੱਪਰ ਤੁਸੀਂ ਕਲਿੱਕ ਕਰ ਦੇਣਾ ਉਸ ਤੋਂ ਬਾਅਦ ਜੋ-ਜੋ ਮਸ਼ੀਨਾਂ ਦੀ ਤੁਸੀਂ ਸਿਲੈਕਸ਼ਨ ਕੀਤੀ ਹੈ ਉਹਨਾਂ ਦੀ ਸਾਰੀ ਡਿਟੇਲ ਹੈ ਜਿਹੜੀ ਤੁਹਾਡੇ ਸਾਹਮਣੇ ਆ ਜਾਣੀ ਹੈ ਤਾਂ ਇੱਥੇ ਇਹਨਾਂ ਦਾ ਜੋ ਨੈਸ਼ਨਲ ਪ੍ਰਾਈਸ ਹੈ ਮਾਰਕੀਟ ਦੇ ਰੇਟ ਹੈ ਜਿਹੜੇ ਉਹ ਵੀ ਇੱਥੇ ਸ਼ੋ ਹੋ ਰਹੇ ਆ ਤਾਂ ਤੁਸੀਂ ਇਹਨਾਂ ਦੀ ਜਿਹੜੀ ਕੁੱਲ ਅੰਦਾਜ਼ਨ ਕੀਮਤ ਵੀ ਇੱਥੇ ਦੇਖ ਸਕਦੇ ਹੋ ਤਾਂ ਸਾਰੀ ਜਿਹੜੀ ਡਿਟੇਲ ਹੈ ਇੱਥੇ ਇਹਨਾਂ ਦੀ ਆ ਚੁੱਕੀ ਹੈ ਤਾਂ ਹੁਣ ਆਪਾਂ ਜੋ ਜਮ੍ਹਾਂ ਕਰੋ ਦੇ ਉੱਪਰ ਕਲਿੱਕ ਕਰ ਦੇਣਾ ਤਾਂ ਇਹ ਥੋੜੀ ਪ੍ਰੋਸੈਸਿੰਗ ਲਵੇਗਾ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਸੰਨ ਵੀਰ ਉਹ ਤੁਹਾਡੀ ਮਸ਼ੀਨਾਂ ਦਾ ਅਵੇਦਨ ਹੋ ਗਿਆ ਹੈ ਧੰਨਵਾਦ ਤਾਂ ਇਸ ਤਰ੍ਹਾਂ ਆਪਾਂ ਕਸਟਮ ਹਾਇਰਿੰਗ ਸੈਂਟਰ ਦੇ ਲਈ ਜਿਹੜਾ ਅਪਲਾਈ ਕਰਕੇ ਵੱਖੋ-ਵੱਖਰੇ ਸੰਧਾਂ ਦੇ ਉੱਪਰ ਸਬਸਿਡੀ ਲੈ ਸਕਦੇ ਆ ਤ aí ਤੁਹਾਡੇ ਜੋ ਜੋ ਡਾਕੂਮੈਂਟ ਤੁਸੀਂ ਅਪਲੋਡ ਕੀਤੇ ਆ ਉਹਨਾਂ ਦੀ ਤੁਹਾਡੇ ਬਲਾਕ ਅਫਸਰ ਦੇ ਵੱਲੋਂ ਜਿਹੜੀ ਮੁੱਢਲੀ ਜਾਂਚ ਪੜਤਾਲ ਕੀਤੀ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਐਪਲੀਕੇਸ਼ਨ ਇੱਕ ਨੰਬਰ ਜਿਹੜਾ ਜਾਰੀ ਕੀਤਾ ਜਾਵੇਗਾ ਤਾਂ ਉਸ ਤੋਂ ਬਾਅਦ ਤੁਸੀਂ ਆਪਣੀ ਜੋ ਟੋਕਨ ਮਨੀ ਬਣਦੀ ਹੈ ਉਹ ਜਮ੍ਹਾਂ ਕਰਵਾਉਣੀ ਹੈ ਤਾਂ ਉਸ ਤੋਂ ਬਾਅਦ ਤੁਹਾਡੇ ਜਿਹੜੇ ਜੋ ਜੋ ਸੰਦ ਤੁਸੀਂ ਅਪਲਾਈ ਕੀਤੇ ਆ ਉਹਨਾਂ ਦੇ ਤਹਿਤ ਤੁਹਾਨੂੰ ਸਬਸਿਡੀ ਤੁਹਾਡੇ ਖਾਤੇ ਦੇ ਵਿੱਚ ਸਰਕਾਰ ਦੇ ਵੱਲੋਂ ਦਿੱਤੀ ਜਾਵੇਗੀ ਤੋ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਕਿਸਾਨ ਭਰਾਵਾਂ ਦੇ ਨਾਲ ਸਾਂਝੀ ਜ਼ਰੂਰ ਕਰ ਦਿਓ ਧੰਨਵਾਦ